ਵੀ ਅੱਜ ਜਿਹੜਾ ਪਾਰਟੀ ਨੇ ਮੈਨੂੰ ਮਾਣ ਬਖਸ਼ਿਆ ਹਲਕਾ ਚਾਲੀ ਦੀ ਸੇਵਾ ਦਿੱਤੀ ਹੈ ਉਹਦੇ ਲਈ ਅੱਜ ਧੰਨ ਧੰਨ ਬਾਬਾ ਦੀਪ ਸਿੰਘ ਸ਼ਹੀਦ ਜੀ ਦੇ ਜਨਮ ਸਥਾਨ ਤੇ ਮਹਾਰਾਜ ਦਾ ਸ਼ੁਕਰਾਨਾ ਕਰਨ ਲਈ ਸੱਚੇ ਪਾਤਸ਼ਾਹ ਦਾ ਅੱਜ ਇੱਥੇ ਮੇਰੇ ਵੀਰ ਮਹਾਰਾਜ ਸਾਹਿਬ ਦਾ ਸ਼ੁਕਰਾਨਾ ਕੀਤਾ ਹੈ ਸਾਰੀਆਂ ਸੰਗਤਾਂ ਨੇ ਅਤੇ ਰਲ ਕੇ ਅਸੀਂ ਸਾਰਿਆਂ ਨੇ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਹੈ ਕਿ ਸੱਚੇ ਪਾਤਸ਼ਾਹ ਇਹ ਇਲਾਕੇ ਦੀ ਸੱਚੀ ਤੇ ਸੁੱਚੀ ਸੇਵਾ ਕਰਨ ਦਾ ਬਲ ਹੰਗਾਰਾ ਮੇਰੇ ਵੀਰ ਮੈਨੂੰ ਤਾਂ ਇੰਝ ਲੱਗਦਾ ਵੀ ਲੋਕ ਜਿਹੜੇ ਆ ਪੂਰਾ ਪੰਜਾਬ ਜਿਹੜਾ ਉਹ ਜਾਗ ਚੁੱਕਿਆ ਜਿਹੜੇ ਹਲਕੇ ਖਾਇਮ ਕਰਨ ਦੇ ਵਿੱਚ ਤਾਂ ਬਹੁਤ ਵੱਡੀ ਜਿਹੜੀ ਹੈ ਉਹ ਹਨੇਰੀ ਚੱਲ ਰਹੀ ਹੈ ਲੋਕਾਂ ਦਾ ਪਿਆਰ ਤੁਸੀਂ ਅੱਜ ਵੇਖਿਆ ਹੀ ਹੈ ਸਾਡਾ ਤਾਂ ਛੋਟਾ ਜਿਹਾ ਸੱਦਾ ਸੀ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨਾ ਸੀ ਪਰ ਅੱਜ ਸੰਗਤਾਂ ਦਾ ਹੜ ਆ ਗਿਆ ਇਸ ਹੜ ਤੋਂ ਇਹ ਸਮਝ ਆਉਂਦੀ ਹੈ ਕਿ ਲੋਕ ਜਿਹੜੇ ਹੈ ਉਹ ਤਬਦੀਲੀ ਲਿਆਉਣੀ ਚਾਹੁੰਦੇ ਆ ਅਤੇ ਦੋਵਾਂ ਜਿਹੜੀਆਂ ਪਾਰਟੀਆਂ ਜਿਹੜੀਆਂ ਰਵਾਇਤੀ ਪਾਰਟੀਆਂ ਉਹਨਾਂ ਤੋਂ ਲੋਕ ਅੱਕ ਚੁੱਕੇ ਕਿੰਨੀਆਂ ਕੁ ਸੀਟਾਂ ਲੈ ਕੇ ਸਰਕਾਰ ਬਣੇਗੀ ਮੈਨੂੰ ਤਾਂ ਮੇਰੇ ਵੀਰ ਇੰਜ ਲੱਗਦਾ ਜਿਵੇਂ 70 ਤੋਂ ਪਲੱਸ ਸੀਟਾਂ ਜਿਹੜੀਆਂ ਆਮ ਆਦਮੀ ਪਾਰਟੀ ਜਿੱਤੂਗੀ ਤੁਹਾਨੂੰ ਸਰ ਜਿਹੜੇ ਬੰਦੇ ਆਮ ਆਦਮੀ ਪਾਰਟੀ ਦੇ ਪਹਿਲਾਂ ਪ੍ਰਚਾਰ ਕਰ ਰਹੇ ਆ ਉਹਨਾਂ ਨੂੰ ਨਾਲ ਲੈ ਕੇ ਚੱਲੋਗੇ ਮੇਰੇ ਵੀਰ ਉਹ ਤਾਂ ਮੇਰੇ ਭਰਾ ਨੇ ਸਾਰੇ ਕਿਉਂਕਿ ਸਾਡਾ ਇੱਕ ਪਰਿਵਾਰ ਆ ਆਮ ਆਦਮੀ ਪਾਰਟੀ ਜਿਹੜੀ ਆ ਇੱਕ ਬਹੁਤ ਵੱਡਾ ਪਰਿਵਾਰ ਆ ਜੇ ਮੈਨੂੰ ਪਾਰਟੀ ਨੇ ਹਲਕਾ ਇੰਚਾਰਜ ਦੀ ਸੇਵਾ ਦਿੱਤੀ ਹੈ ਤੇ ਉਹਨਾਂ ਦੀ ਸੇਵਾ ਜਿਹੜਾ ਵਾ ਉਹ ਵੀ ਪਾਰਟੀ ਉਹਨੂੰ ਵੀ ਧਿਆਨ 'ਚ ਰੱਖੂਗੀ ਮੈਂ ਹਰੇਕ ਭਰਾ ਨੂੰ ਗੱਲ ਨਾਲ ਲਾ ਕੇ ਵੱਡੇ ਤੋਂ ਵੱਡੇ ਲੀਡਰ ਨੂੰ ਅਤੇ ਨਿੱਕੇ ਤੋਂ ਨਿੱਕੇ ਵਲੰਟੀਅਰ ਨੂੰ ਭਾਵੇਂ ਕੋਈ ਛੋਟਾ ਪਿੰਡ ਲੈਵਲ ਦਾ ਲੀਡਰ ਹੈ ਭਾਵੇਂ ਕੋਈ ਕੱਦਵਾਰ ਲੀਡਰ ਹੈ ਮੇਰੀ ਇਹ ਕੋਸ਼ਿਸ਼ ਹੋਊਗੀ ਕਿ ਮੈਂ ਉਹਨੂੰ ਭਰਾ ਬਣਾ ਕੇ ਗੱਲ ਵੱਖਰੀ ਪਾ ਕੇ ਪਾਰਟੀ ਨੂੰ ਕਿਉਂਕਿ ਮੇਰੇ ਵੀਰ ਜਿਹੜੇ ਲੋਕ ਆ ਅੱਜ ਬੜੀਆਂ ਸਾਡੇ ਵੱਲ ਆਸਾਂ ਨਾਲ ਵੇਖ ਰਹੇ ਆ ਲੋਕ ਤਬਦੀਲੀ ਚਾਹੁੰਦੇ ਆ ਅਤੇ ਫਿਰ ਮੈਂ ਨਹੀਂ ਸਮਝਦਾ ਕਿ ਕੋਈ ਆਪਣੇ ਲਾਲਚ ਖਾਤਰ ਪਾਰਟੀ ਦੇ ਨਾਲ ਕੋਈ ਪਾਰਟੀ ਦਾ ਨੁਕਸਾਨ ਕਰੂਗਾ ਸਾਰੇ ਭਰਾ ਸਮਝਦਾਰ ਅਸੀਂ ਰਲ ਮਿਲ ਕੇ ਇੱਕ ਪਰਿਵਾਰ ਦੀ ਤਰ੍ਹਾਂ ਚੱਲਾਂਗੇ ਤੁਹਾਨੂੰ ਸਾਹਿਬ ਦਿੱਲੀ ਦੇ ਵਿੱਚ ਕਿਸਾਨ ਧਰਨਾ ਲਾ ਕੇ ਬੈਠੇ ਉਹਨਾਂ ਸੰਬੰਧੀ ਕੀ ਕਹਿਣਾ ਚਾਹੀਦਾ ਮੇਰੇ ਵੀਰ ਜਿਹੜੇ ਕਿਸਾਨ ਆ ਉਹ ਤਾਂ ਅਸੀਂ ਵੀ ਆਪਾਂ ਸਾਰੇ ਭਰਾ ਜਿਹੜੇ ਆ ਕਿਸਾਨ ਜਿਹੜੇ ਆਪਾਂ ਇਸੇ ਮਿੱਟੀ 'ਚੋਂ ਪੈਦਾ ਹੋਏ ਹਾਂ ਜਿਹੜੇ ਕਿਸਾਨ ਵਿਚਾਰੇ ਮੈਨੂੰ ਲੱਗਦਾ 9 ਮਹੀਨੇ ਹੋ ਗਏ ਉਹਨੂੰ ਸੜਕਾਂ 'ਤੇ ਰੁਲ ਰਹੇ ਆ ਅਤੇ ਜਿਹੜੀ BJP ਦੀ ਮੋਦੀ ਸਰਕਾਰ ਆ ਉਹਨੂੰ ਇਹ ਗੱਲ ਸਮਝ ਆਉਣੀ ਚਾਹੀਦੀ ਹੈ ਕਿ ਜਿਹੜੇ ਇਹ ਲੋਕ ਨੇ ਵਿਚਾਰੇ ਬੜੀ ਜਾਇਜ਼ ਮੰਗ ਆ ਲੋਕ ਕਿਹੜੀ ਜਿਹੜਾ ਵੇਖੋ ਰਾਜਾ ਹੁੰਦਾ ਉਹਦਾ ਇੱਕ ਮੇਰੇ ਵੀਰ ਇੱਕ ਉਹਦੀ ਸੋਚ ਚਾਹੀਦੀ ਹੈ ਕਿ ਪ੍ਰਜਾ ਕੀ ਚਾਹੁੰਦੀ ਹੈ ਜੇ ਤੁਸੀਂ ਪ੍ਰਜਾ ਦੇ ਉਲਟ ਜਾ ਕੇ ਕੰਮ ਕਰੋਗੇ ਤਾਂ ਲੋਕ ਫਿਰ ਤੰਗ ਹੀ ਆਉਣਗੇ ਲੋਕ ਸੜਕਾਂ 'ਤੇ ਬੈਠਣਗੇ ਮੋਦੀ ਜਿਹੜੀ ਸਰਕਾਰ ਆ ਉਹਨਾਂ ਨੂੰ ਇਹ ਗੱਲ ਸੋਚ ਲੈਣੀ ਚਾਹੀਦੀ ਹੈ ਕਿ ਜਿਹੜੀਆਂ ਇਹਨਾਂ ਦੀਆਂ ਲੋਕਾਂ ਦੀਆਂ ਵੱਧ ਦਵਾਵਾਂ ਉਹਨਾਂ ਦੀਆਂ ਵੱਧ ਸੀਸਾਂ ਨਾ ਲੈਣ ਜਿਹੜੀ ਕਿਸਾਨਾਂ ਦੀ ਮੰਗ ਹੈ ਉਹ ਉਹਨਾਂ ਨੂੰ ਪੂਰੀ ਕਰਨੀ ਚਾਹੀਦੀ ਹੈ ਠੀਕ